ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰਤਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਪਾਠ ਦਾ ਨਾਮ ਸਿਮਰਨ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਇਹ ਦੋ ਚੀਜ਼ਾਂ ਕੋਲ ਨਹੀਂ ਹੁੰਦੀਆਂ ਆਪਾਂ ਕਈ ਵਾਰ ਪਾਠ ਕਰਦੇ ਆਂ ਨਾਮ ਜਪਦੇ ਆਂ ਅੱਧਾ ਘੰਟਾ ਬੈਠਣ ਤੋਂ ਬਾਅਦ ਉਵੇਂ ਹੀ ਖੜੇ ਹੋ ਜਾਂਦੇ ਆਂ ਉਠਣ ਬਾਅਦ ਕਹਿੰਨੇ ਆਂ ਨਾ ਤਾਂ ਪਾਠ ਕਰਨ ਦੇ ਨਾਲ ਸ਼ਾਂਤੀ ਮਿਲੀ ਨਾ ਹੀ ਖੁਸ਼ੀਆਂ ਸਾਡੇ ਵੇੜੇ ਆਈਆਂ ਇਵੇਂ ਸਾਡੇ ਨਾਲ ਕਿਉਂ ਹੁੰਦਾ ਹੈ ਆਪਾਂ ਨੂੰ ਸਿਰਫ ਹੁੰਦਾ ਹੈ ਪਾਠ ਕਰਨਾ ਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਆਪਾਂ ਆਪਣੇ ਕੰਮ ਕਰਨ ਲੱਗ ਜਾਣਾ ਪਰ ਆਪਾਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਮੈਨੂੰ ਇਸ ਨਾਲ ਰਸ ਖੁਸ਼ੀ ਕਿਉਂ ਪ੍ਰਾਪਤ ਨਹੀਂ ਹੋਈਆਂ ਆਪਣੇ ਮਨ ਵਿੱਚ ਇਹ ਗੱਲ ਹੈ ਵੀ ਮੇਰੇ ਘਰ ਦੇ ਪਾਠ ਕਰਦੇ ਨੇ ਤੇ ਮੈਂ ਵੀ ਕਰਨਾ ਨਾ ਉਹਨਾਂ ਨੂੰ ਕਦੀ ਖੁਸ਼ੀ ਦਾ ਮੰਤਰ ਦੱਸਿਆ ਤੇ ਨਾ ਹੀ ਆਪਾਂ ਉਹਨਾਂ ਕੋਲੋਂ ਇਹ ਗੱਲ ਪੁੱਛੀ ਹੈ ਜਦੋਂ ਪਾਠ ਵਿੱਚ ਮਨ ਲੱਗ ਗਿਆ ਤਾਂ ਸਭ ਕੁਝ ਪਿੱਛੇ ਪੱਜਿਆ ਆਉਂਦਾ ਪਰ ਜਦੋਂ ਆਪਾਂ ਅੱਧਾ ਘੰਟਾ ਘੰਟਾ ਡੇਢ ਘੰਟੇ ਵੀ ਬੈਠੇ ਰਹੇ ਪਰ ਮਨ ਕਿਤੇ ਹੋਰ ਹੈ ਤਾਂ ਮਿਲਣਾ ਕੀ ਸੀ ਫਿਰ ਆਪਾਂ ਕਿਲੇ ਸ਼ਿਕਵੇ ਕਰਦੇ ਆਂ ਵੀ ਮੈਨੂੰ ਪਰਮਾਤਮਾ ਨੇ ਆ ਚੀਜ਼ ਨਹੀਂ ਦਿੱਤੀ ਦੋ ਕੰਮ ਕਰਨੇ ਬਹੁਤ ਜ਼ਰੂਰੀ ਨੇ ਜਦੋਂ ਪਾਠ ਕਰਦੇ ਆਂ ਨਾਮ ਜਪਦੇ ਆਂ ਨਾ ਇਹ ਦੋ ਕੰਮ ਕਰਾਂਗੇ ਤਾਂ ਹੀ ਸੁੱਖ ਸ਼ਾਂਤੀ ਤੇ ਆਨੰਦ ਦਾ रस ਜ਼ਿੰਦਗੀ ਵਿੱਚ ਆਏਗਾ ਫਿਰ ਕਿਸੇ ਚੀਜ਼ ਦੀ ਤੋੜ ਨਹੀਂ ਰਹੇਗੀ ਸਭ ਤੋਂ ਪਹਿਲੀ ਚੀਜ਼ ਆਪਾਂ ਜੋ ਵੀ ਪਾਠ ਕਰਦੇ ਹਾਂ ਜੋ ਵੀ ਮੰਤਰ ਜਪਦੇ ਹਾਂ ਜੋ ਵੀ ਨਾਮ ਜਪਦੇ ਹਾਂ ਆਪਣਾ ਉਸ ਚੀਜ਼ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਕਿ ਪਾਠ ਜਪਿਆ ਇਹ ਮੈਂ ਜਾਪ ਕੀਤਾ ਇਸ ਦੇ ਨਾਲ ਮੇਰੀ ਹਰ ਮੁਸ਼ਕਿਲ ਦਾ ਹੱਲ ਹੋ ਹੀ ਜਾਣਾ ਹੈ ਪਰਮਾਤਮਾ ਨੇ ਮੇਰੀ ਸੁਣਨੀ ਹੀ ਸੁਣਨੀ ਹੈ ਮੇਰੇ ਤੇ ਰਹਿਮ ਤਾਂ ਦਾ ਮੀ ਵਰਨਾ ਹੀ ਵਰਨਾ ਆਪਣੇ ਮਨ ਵਿੱਚ ਵਿਸ਼ਵਾਸ ਦੀ ਘਾਟ ਹੁੰਦੀ ਹੈ ਕਿ ਇੰਨਾ ਸਮਾਂ ਪਾਠ ਕਰ ਰਿਹਾ ਪਰ ਅਸਰ ਤਾਂ ਹਜੇ ਕੁਝ ਹੋਇਆ ਨਹੀਂ ਆਪਾਂ ਵਿਸ਼ਵਾਸ ਤਾਂ ਕੀਤਾ ਨਹੀਂ ਫਿਰ ਵਾਹਿਗੁਰੂ ਜੀ ਤੇ ਅਸਰ ਆਪਣੇ ਤੇ ਕਿਵੇਂ ਕਰਨਾ ਸੀ ਪਰਮਾਤਮਾ ਨਾਲ ਮਨ ਤਾਂ ਆਪਾਂ ਮਿਲਾਇਆ ਹੀ ਨਹੀਂ ਖੁਸ਼ੀਆਂ ਉਦੋਂ ਹੀ ਪ੍ਰਾਪਤ ਹੁੰਦੀਆਂ ਨੇ ਜਦੋਂ ਵਿਸ਼ਵਾਸ ਆ ਜਾਵੇ ਦੁੱਖ ਸੁੱਖ ਪਰਮਾਤਮਾ ਨਾਲ ਆਪਾਂ ਗੱਲਾਂ ਵਾਂਗ ਕਰਨ ਲੱਗ ਜਾਈਏ ਆਪੇ ਸਭ ਕੰਮ ਫਿਰ ਰਾਸ ਆਉਂਦੇ ਪਰ ਅੱਜਕੱਲ੍ਹ ਆਪਣੀ ਸਥਿਤੀ ਐਵੇਂ ਦੀ ਹੋ ਗਈ ਹੈ ਲੱਗ 15 ਦਿਨ ਹੋ ਗਏ ਪਾਠ ਕਰਦਿਆਂ ਕੋਈ ਅਸਰ ਨਹੀਂ ਚਲੋ ਫਲਾਣਾ ਨਾ ਫਲਾਣੇ ਥਾਂ ਜਾਂਦਾ ਤੇ ਆਪਾਂ ਵੀ ਉੱਥੇ ਚੱਲਦੇ ਖੁਸ਼ੀਆਂ ਵਰਕਤਾਂ ਤਾਂ ਹੀ ਮਿਲਣਗੀਆਂ ਜੇ ਰੋਜ਼ ਪਾਠ ਕਰ ਨਾਮ ਜਪ ਆਪਾਂ ਇਕਾਗਰ ਹੋ ਵਿਸ਼ਵਾਸ ਵੀ ਕਰਾਂਗੇ ਵਿਸ਼ਵਾਸ ਵਿੱਚ ਆਸ ਹੈ ਸਭ ਤੋਂ ਪਹਿਲੀ ਗੱਲ ਹੈ ਵਿਸ਼ਵਾਸ ਦੀ ਜਿਹਨੂੰ ਵਿਸ਼ਵਾਸ ਆ ਗਿਆ ਉਹ ਕਦੀ ਵੀ ਖਾਲੀ ਝੋਲੀ ਨਹੀਂ ਰੱਖਦਾ ਦੂਜੀ ਚੀਜ਼ ਹੈ ਸ਼ਰਧਾ ਭਾਵਨਾ ਜਦੋਂ ਕੋਈ ਸੰਗਤ ਕਥਾ ਦੀ ਗੱਲ ਸੁਣਾਵੇ ਇਆ ਕਿਤੇ ਵੀ ਬੈਠੀਏ ਕੋਈ ਗੱਲ ਸੁਣੀਏ ਪਰਮਾਤਮਾ ਦੇ ਨਾਲ ਜੁੜੀ ਮਾਨਵਿਸ਼ ਸ਼ਰਦਾ ਹੋਵੇ ਆਪਾਂ ਕਈ ਧਾਰਮਿਕ ਥਾਵਾਂ ਤੇ ਜਾਂਦੇ ਆਪਾਂ ਵੇਖਦੇ ਆਂ ਕਈ ਲੋਕ ਨਾ ਬੜਾ ਨਾਮ ਜਪਦੇ ਹੋਏ ਪਰਮਾਤਮਾ ਦੇ ਘਰ ਝਾੜੂ ਲਾਉਂਦੇ ਆ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਭਾਂਡਿਆਂ ਦੀ ਸੇਵਾ ਕਰਦਾ ਉਹ ਸੇਵਾ ਦੇ ਵਿੱਚ ਲੀਨ ਹੁੰਦੇ ਡੁੱਬੇ ਰਹਿੰਦੇ ਨੇ ਤੇ ਪਰਮਾਤਮਾ ਦਾ ਰਸਨਾ ਤੋਂ ਨਾਮ ਲੈਂਦੇ ਨੇ ਦੁਨੀਆ ਦੀ ਕੋਈ ਫਿਰ ਉਹਨਾਂ ਤੇ ਅਸਰ ਚੀਜ਼ ਨਾ ਕੋਈ ਪ੍ਰਭਾਵ ਹੀ ਨਹੀਂ ਪਾਉਂਦੀ ਉਹ ਪਰਮਾਤਮਾ ਜ ਇੰਨੇ ਲੀਨ ਹੁੰਦੇ ਨੇ ਵੀ ਇੰਨੀ ਸ਼ਰਧਾ ਭਾਵਨਾ ਨਾਲ ਉਹਨਾਂ ਨਾਲ ਜੁੜੇ ਹੁੰਦੇ ਨੇ ਕਈ ਨਾ ਸਿਰਫ ਗੁਰੂ ਘਰ ਜਾਂਦੇ ਨੇ ਲੰਗਰ ਪਰਖਣ ਸਾਫ ਸਫਾਈ ਤੱਕਣ ਤੇ ਨੁਕਤਾ ਚੀਨੀਆ ਕਰਨ ਉਸ ਵਿੱਚ ਸ਼ਰਧਾ ਦੀ ਭਾਵਨਾ ਦੀ ਘਾਟ ਹੁੰਦੀ ਸ਼ਰਧਾ ਵਾਲੇ ਵਿੱਚ ਹੁੰਦਾ ਹੈ ਵੀ ਸੇਵਾ ਹੀ ਮੇਵਾ ਤੇ ਦੂਜੇ ਪਾਸੇ ਨੁਕਤਾ ਚੀਨੀ ਉਹਦੇ ਲਈ ਸਭ ਕੁਝ ਹੁੰਦੀ ਜਿਸ ਵਿੱਚ ਪੂਰਨ ਵਿਸ਼ਵਾਸ ਹੈ ਸ਼ਰਧਾ ਭਾਵਨਾ ਹੈ ਵੀ ਮੈਂ ਇੱਥੇ ਜੂਠ ਤੋਤੀ ਤੇ ਜੂਠ ਨੇ ਮੇਰੇ ਕਰਮ ਬਦਲ ਦੇਣੇ ਨੇ ਮੈਂ ਇਥੇ ਝਾੜੂ ਦੀ ਸੇਵਾ ਕੀਤੀ ਹੈ ਇਨੇ ਮੇਰੇ ਮਾੜੇ ਲੇਖਾਂ ਨੂੰ ਝਾੜੂ ਨਾਲ ਬਾਹਰ ਕੱਢ ਦੇਣਾ ਮੈਂ ਜੋੜਿਆਂ ਦੀ ਸੇਵਾ ਕੀਤੀ ਹੈ ਇਹ ਧੂੜ ਨੇ ਮੇਰੇ ਲੇਖ ਬਦਲ ਦੇਣੇ ਨੇ ਜਿਸ ਚ ਇਹ ਸ਼ਰਦ ਹੈ ਉਹ ਸਭ ਕੁਝ ਹਾਸਲ ਕਰ ਲਿੰਦਾ ਫਿਰ ਪਰਮਾਤਮਾ ਸਭ ਦੀ ਸੁਣਦੇ ਦੋ ਚੀਜ਼ਾਂ ਤੁਸੀਂ ਕੋਲ ਰੱਖੋ ਪਰਮਾਤਮਾ ਫਲ ਤੁਹਾਨੂੰ ਦੇਣਗੇ ਉਹ ਸਭ ਕੁਝ ਦਿੰਦੇ ਨੇ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਬਸ ਆਪਾਂ ਨੂੰ ਮੰਗਣ ਦੀ ਜਾਂਚ ਨਹੀਂ ਹੈਗੀ ਜਾਂਚ ਇਹ ਦੋ ਚੀਜ਼ਾਂ ਨਾਲ ਆਉਣੀ ਜਿਸ ਕੋਲ ਇਹ ਦੋ ਚੀਜ਼ਾਂ ਨੇ ਉਦੀ ਹਰ ਅਰਦਾਸ ਵੀ ਕਬੂਲ ਹੋਵੇਗੀ ਕਹਿੰਦੇ ਇੱਕ ਵਾਰ ਨਾ ਇੱਕ ਬੜਾ ਵੱਡਾ ਕੋਈ ਦੇਸ਼ ਸੀ ਥਾਂ ਸੀ ਉੱਥੇ ਨਾ ਇੱਕ ਡਾਕਟਰ ਸੀ ਉਹ ਡਾਕਟਰ ਨੇ ਨਾ ਆਪਣੀ ਸਾਰੀ ਜ਼ਿੰਦਗੀ ਇੱਕ ਨਾ ਖੋਜ ਕਰਨ ਵਿੱਚ ਲਾ ਦਿੱਤੀ ਕਹਿੰਦੇ ਇੱਕ ਲਾ ਇਲਾਜ ਬਿਮਾਰੀ ਦੀ ਖੋਜ ਕਰਨ ਵਿੱਚ ਉਹਨੇ ਸਾਰੀ ਜ਼ਿੰਦਗੀ ਕੱਢ ਲਈ ਤੇ ਉਹਨੂੰ ਉਹ ਜਿੱਤ ਵੀ ਹਾਸਲ ਹੋ ਗਈ ਕਹਿੰਦੇ ਉਹਨੇ ਜੋ ਇਲਾਜ ਕੱਢਿਆ ਨਾ ਤੇ ਉਹਦੇ ਨਾਲ ਉਹ ਬੜੇ سارے ਲੋਕਾਂ ਨੂੰ ਮੌਤ ਦੇ ਮੂੰਹ ਤੋਂ ਵੀ ਬਾਹਰ ਕੱਢ ਕੇ ਲੈ ਆਉਂਦਾ ਸੀ ਕਹਿੰਦੇ ਬੜੀ ਜਿਆਦੀ ਉਹਦੀ ਪ੍ਰਸਿੱਧੀ ਹੋਈ ਉਸ ਸਮੇਂ ਕਹਿੰਦੇ ਉਸ ਦੇਸ਼ ਦਾ ਜੋ ਪ੍ਰਧਾਨ ਮੰਤਰੀ ਸੀ ਰਾਸ਼ਟਰਪਤੀ ਸੀ ਉਹਨਿਆ ਨੂੰ ਸੱਦਿਆ ਵੀ ਉਹਨੂੰ ਪੈਸਿਆਂ ਵਜੋਂ ਇਨਾਮ ਵੀ ਦਿੱਤਾ ਜਾਵੇਗਾ ਤੇ ਕੋਈ ਉਹਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ ਜਿਸ ਦੇ ਨਾਲ ਉਹਦੀ ਪ੍ਰਸਿੱਧੀ ਹੋਰ ਦੇਸ਼ਾਂ ਵਿੱਚ ਵੀ ਫੈਲ ਜਾਵੇਗੀ ਕਹਿੰਦੇ ਇੱਕ ਦਿਨ ਮੁਕਰਰ ਕਰਿਆ ਗਿਆ ਤੇ ਕਹਿੰਦੇ ਉਹਨੂੰ ਆਮੰਤਰਣ ਪੱਤਰ ਭੇਜ ਦਿੱਤਾ ਗਿਆ ਵੀ ਇਸ ਥਾਂ ਤੇ ਤੂੰ ਇਸ ਦਿਨ ਪਹੁੰਚ ਜਾਏ ਕਹਿੰਦੇ ਉਹ ਥਾਂ ਨਾ ਉਹਦੇ ਜਿਹੜਾ ਉਹਦਾ ਹਸਪਤਾਲ ਸੀ ਜਾਂ ਘਰ ਸੀ ਉੱਥੋਂ ਕਾਫੀ ਦੂਰੀ ਤੇ ਸੀ ਕੈਨੇਡੀਅਨ ਨੇ ਜਹਾਜ਼ ਦੀ ਟਿਕਟ ਲਈ ਤੇ ਜਾ ਕੇ ਵਿੱਚ ਬੈਠ ਗਿਆ। ਕਹਿੰਦੇ ਜਦੋਂ ਜਹਾਜ਼ ਦੇ ਵਿੱਚ ਬੈਠਿਆ ਨਾ ਤੇ ਜਹਾਜ਼ ਕੋਈ ਅੱਧੇ ਰਸਤੇ ਗਿਆ ਤੇ ਕੋਈ ਤਕਨੀਕੀ ਖਰਾਬੀ ਆਉਣ ਦੇ ਕਾਰਨ ਅੱਧ ਦੇ ਵਿੱਚ ਹੀ ਜਹਾਜ਼ ਨੂੰ ਉਤਾਰ ਦਿੱਤਾ ਗਿਆ। ਕਹਿੰਦੇ ਪੁੱਛਿਆ ਗਿਆ ਵੀ ਅਗਲੀ ਫਲਾਈਟ ਕਦੋਂ ਹੈ? ਉਹਨਾਂ ਕਿਹਾ ਜੀ ਅਗਲੀ ਫਲਾਈਟ ਜਿਹੜੀ ਹੋਣੀ ਸੀ ਉਹ ਤਾਂ ਤੁਹਾਡੇ ਕੁਝ ਅੱਧਾ ਘੰਟਾ ਪਹਿਲਾਂ ਹੀ ਲੰਘ ਗਈ ਤੇ ਅਗਲੀ ਫਲਾਈਟ ਸਵੇਰੇ 11 ਵਜੇ ਆ। ਉਹ ਕਹਿੰਦਾ ਵੀ ਜੇ ਇਸ ਥਾਂ ਤੇ ਮੈਂ ਪਹੁੰਚਣਾ ਹੈ ਨਾ ਸਮਾਗਮ ਤੇ ਉਹਨਾਂ 10 ਵਜੇ ਆ ਤੇ ਮੇਰਾ ਪਹੁੰਚਣਾ ਬੜਾ ਜ਼ਰੂਰੀ ਹੈ। ਉਥੇ ਕੋਈ ਮਨੁੱਖ ਸੀ ਉਹਨੇ ਕਿਹਾ ਜੀ ਬਾਹਰ ਨਾ ਬੜੀਆਂ ਸਾਰੀਆਂ ਟੈਕਸੀਆਂ ਨੇ ਉਹ ਲਵੋ ਤੇ ਤੁਸੀਂ ਚਲੇ ਜਾ ਕਹਿੰਦੇ ਬਾਹਰ ਨਾ ਬੜਾ ਮੀ ਤੇ ਹਨੇਰੀ ਹੌਲੀ ਹੌਲੀ ਵਗੀ ਜਾਂਦੀ ਆ ਸੀ ਕਹਿੰਦੇ ਬਾਹਰ ਗਿਆ ਪੁੱਛਿਆ ਟੈਕਸੀ ਵਾਲਿਆਂ ਨੇ ਕਿਹਾ ਵੀ ਮੀ ਹਨੇਰੀ ਕਰਕੇ ਨਾ ਕੋਈ ਵੀ ਜਾਣ ਨੂੰ ਤਿਆਰ ਨਹੀਂ ਪਰ ਹਾਂ ਤੁਸੀਂ ਸਾਡੀ ਟੈਕਸੀ ਜਿਹੜੀ ਹੈ ਉਹ ਲੈ ਕੇ ਜਾ ਸਕਦੇ ਹੋ ਇੰਨੀ ਰਾਸ਼ੀ ਇੱਥੇ ਜਮ੍ਹਾਂ ਕਰਾ ਦਿਓ ਔਣ ਸਮੇ ਆਪਣਾ ਬਕਾਇਆ ਲੈ ਕੇ ਚਲੇ ਜਾਇਓ ਤੇ ਇੱਥੇ ਸਾਡੀ ਟੈਕਸੀ ਖੜੀ ਕਰ ਜਾਇਓ ਉਹ ਕਹਿੰਦੇ ਜੀ ਠੀਕ ਹੈ ਉਹਦੇ ਵਿੱਚ ਨਾ ਰਸਤਾ ਦੱਸਣ ਦੀ ਸਾਰੀ ਸਹੂਈਦਾਵਾਂ ਸਨ। ਵਿੱਚ ਸਮਾਨ ਰੱਖਿਆ ਤੇ ਬੈਠਿਆ ਤੇ ਉਹ ਰਾਹ ਨੂੰ ਉਤਰ ਪਿਆ। ਕਹਿੰਦੇ ਅੱਧੇ ਕੋ ਰਾਹ ਹੀ ਪਹੁੰਚਿਆ ਤੇ ਕਹਿੰਦੇ ਮੀ ਹਨੇਰੀ ਝੱਖੜ ਨੇ ਜਿਵੇਂ ਅੱਜ ਹੀ ਆਉਣਾ ਹੋਵੇ। ਕਹਿੰਦੇ ਜੇ ਇਸ ਰਾਹ ਤੋਂ ਜਾ ਰਿਹਾ ਸੀ ਨਾ ਉਹ ਜੰਗਲੀ ਰਸਤਾ ਸੀ। ਕਹਿੰਦੇ ਬੜੇ ਸਾਰੇ ਰੁੱਖ ਡੇਗੇ। ਹੁਣ ਉੱਤਰ ਕੇ ਬਾਹਰ ਦੇਖਦਾ ਤੇ ਬਾਹਰ ਅੱਗੇ ਰੁੱਖ ਹੁੰਦੇ ਨੇ। ਇਕੱਲੇ ਤੋਂ ਚੁੱਕੇ ਨਹੀਂ ਜਾਂਦੇ। ਹੁਣ ਸਵੇਰ ਦਾ ਚੜਿਆ ਹੋਇਆ ਭੁੱਖ ਨਾਲ ਪਰੇਸ਼ਾਨ ਹੋਇਆ ਪਿਆ। ਉਹਨੂੰ ਨਾ ਇੰਨੇ ਨੂੰ ਇੱਕ ਕਿਤੋਂ ਲਾਟ ਬਲਦੀ ਹੋਈ ਨਜ਼ਰ ਆਉਂਦੀ। ਕਿੰਦੇ ਜਾਣਾਂ ਵਾਂ ਤੇ ਉਥੋਂ ਫੋਨ ਕਰਕੇ ਤੇ ਫਿਰ ਅੱਗੇ ਚਲਾ ਜਾਵਾਂਗਾ ਕਿੰਦੇ ਜਾ ਕੇ ਨਾ ਬੁਹੇ ਤੇ ਦਸਤਕ ਦਿੱਤੀ ਕਿਹਾ ਅੰਦਰੋਂ ਨਾ ਇੱਕ ਬੀਬੀ ਆਈ ਕਿੰਦਾ ਜੀ ਫੋਨ ਕਰਨਾ ਉਹ ਕਹਿੰਦੀ ਜੀ ਫੋਨ ਤਾਂ ਨਹੀਂ ਹੈਗੀ ਪਰ ਤੁਹਾਨੂੰ ਦੇਖ ਕੇ ਲੱਗਦਾ ਹੈ ਤੁਸੀਂ ਬੜੇ ਰਾਹੀ ਹੋ ਤੇ ਥੱਕੇ ਪਏ ਹੋ ਭੁੱਖ ਨਾਲ ਤੁਸੀਂ ਨਾ ਸਤਾਏ ਪਏ ਅੰਦਰ ਆਓ ਤੇ ਪ੍ਰਸ਼ਾਦਾ ਪਾਣੀ ਛਕ ਲਓ ਹੁਣ ਉਹਨੂੰ ਭੁੱਖ ਤਾਂ ਲੱਗੀ ਸੀ ਹੁਣ ਆਸੇ-ਪਾਸੇ ਕੁਝ ਨਹੀਂ ਸੀ ਦੇਖਤਾ ਉਹ ਅੰਦਰ ਚਲਾ ਗਿਆ ਬੀਬੀ ਨੇ ਨੂੰ ਬਿਠਾਇਆ ਉਦਲੀ ਚਾਹ ਪਾਣੀ ਤੇ ਸਾਰਾ ਕੁਝ ਲਿਆ ਕੇ ਤੇ ਰੱਖ ਦਿੱਤਾ ਉਹਨਾਂ ਇੱਕੋ ਦਮ ਸ਼ੱਕਣ ਲੱਗਾ ਕਹਿੰਦੀ ਰੁਕੋ ਤੁਸੀਂ ਪਰਮਾਤਮਾ ਅਗੇ ਅਰਦਾਸ ਨਹੀਂ ਕਰਨੀ ਉਹ ਕਹਿੰਦੇ ਪਰਮਾਤਮਾ ਅਗੇ ਅਰਦਾਸ ਕਿਉਂ ਤੁਸੀਂ ਮੈਨੂੰ ਦਿੱਤਾ ਤੇ ਮੈਂ ਖਾਣਾ ਪਰਮਾਤਮਾ ਕੁਝ ਨਹੀਂ ਕਰਦਾ ਆਪਾਂ ਜੋ ਕਰਦੇ ਆ ਨਾ ਆਪਣੇ ਮਿਹਨਤ ਨਾਲ ਕਰਦੇ ਆ ਮਿਹਨਤ ਨਾਲ ਸਭ ਕੁਝ ਹਾਸਲ ਹੋ ਜਾਂਦਾ ਹੈ ਪਰਮਾਤਮਾ ਕੁਝ ਨਹੀਂ ਕਰਦੇ ਉਹ ਕਹਿੰਦੀ ਐਵੇਂ ਨਾ ਕੋ ਉਹ ਕਹਿੰਦੇ ਤੁਸੀਂ ਵੀ ਅਰਦਾਸ ਕਰੋ ਕਹਿੰਦੀ ਨਹੀਂ ਵੀ ਜੋ ਪਰਮਾਤਮਾ ਨੇ ਤੁਹਾਨੂੰ ਖਾਣ ਪੀਣ ਲਈ ਦਿੱਤਾ ਉਹਦਾ ਸ਼ੁਕਰਾਨਾ ਜ਼ਰੂਰ ਕਰੋ ਕਹਿੰਦਾ ਤੁਸੀਂ ਕਰਨਾ ਕਰੋ ਪਰਮਾਤਮਾ ਦਾ ਸ਼ੁਕਰਾਨਾ ਪਰ ਮੈਂ ਪਰਮਾਤਮਾ 'ਚ ਵਿਸ਼ਵਾਸ ਨਹੀਂ ਰੱਖਦਾ ਉਹ ਕਹਿੰਦੀ ਕੋਈ ਨਾ ਉਹ ਇੱਕ ਪਾਸੇ ਬੈਠ ਕੇ ਤੇ ਪਰਮਾਤਮਾ ਦਾ ਅੱਗੇ ਅਰਦਾਸ ਕਰਨ ਲੱਗੀ ਉਸ ਤੋਂ ਬਾਅਦ ਹੱਥ ਜੋੜ ਕੇ ਤੇ ਮੱਥਾ ਟੇਕਿਆ ਪਰ ਜਿੰਨਾ ਸਮਾਂ ਉਹ ਅਰਦਾਸ ਕਰਦੀ ਪਈ ਸੀ ਅੱਖਾਂ 'ਚ ਜਿਵੇਂ ਉਹਨੇ ਕਹਿ ਲਓ ਵੀ ਮੀ ਦੀ ਝੜੀ ਹੋਈ ਲੱਗੀ ਪਈ ਸੀ ਇਹ ਸਭ ਦੇਖ ਉਹ ਜਿਹੜਾ ਸੀ ਮਨੁੱਖ ਸੀ ਉਹ ਡਾਕਟਰ ਸੀ ਉਹ ਜਾਣ ਗਿਆ ਵੀ ਇਹਨੂੰ ਕੋਈ ਪੱਕਾ ਕੋਈ ਦੁੱਖ ਆ ਉਹ ਜਦੋਂ ਬੀਬੀ ਆ ਕੇ ਬੈਠੀ ਉਨੁਕਿੰਦਾ ਭੈਣ ਜੀ ਜੇਕਰ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤੇ ਉਹਦਾ ਇਲਾਜ ਕਰਾਓ ਜੇ ਤੁਹਾਡੇ ਕੋਲ ਪੈਸਿਆਂ ਦੀ ਤੰਗੀ ਹੈ ਤੇ ਉਹਦੇ ਲਈ ਮਿਹਨਤ ਕਰੋ ਐਵੇਂ ਰੋਇਆਂ ਤਾਂ ਕੁਝ ਹਾਸਲ ਨਹੀਂ ਹੋਣਾ ਕਹਿੰਦੀ ਮੇਰੇ ਕੋਲ ਕਿਸੇ ਚੀਜ਼ ਦੀ ਤੰਗੀ ਨਹੀਂ ਮੈਨੂੰ ਉਸ ਪਰਮਾਤਮਾ ਤੇ ਵਿਸ਼ਵਾਸ ਹੈ ਮੈਂ ਇਸ ਕਰਕੇ ਰੋ ਰਹੀ ਹਾਂ ਵੀ ਮੇਰਾ ਨਾਂ ਕਹਿੰਦੀ ਇੱਕ ਪੁੱਤ ਹੈ ਤੇ ਉਹ ਜਿਹੜਾ ਪੁੱਤ ਹੈ ਉਹ ਇੱਕ ਸਿਰਫ ਲੋਥ ਬਰਾਬਰ ਆ ਉਹਨੂੰ ਲਾ ਇਲਾਜ ਰੋਗ ਉਹਦਾ ਸਿਰਫ ਇੱਕ ਜਣੇ ਕੋਹਲੀ ਇਲਾਜ ਉਨੂੰ ਬਾਹ ਫਾੜ ਕੇ ਤੈਨੂੰ ਅੰਦਰ ਲੈ ਕੇ ਜਾਂਦੀ ਉਹ ਜਦੋਂ ਲੈ ਕੇ ਗਈ ਤੇ ਉਹ ਦੇਖਦੀ ਹੈ ਵੀ ਉਹਦੇ ਪੁੱਤ ਨੂੰ ਸੱਚੀ ਉਹਲਾ ਇਲਾਜ ਰੋਗ ਸੀ ਕਹਿੰਦੀ ਇਸ ਦਾ ਇਲਾਜ ਨਾ ਇੱਕ ਬੜੇ ਵੱਡੇ ਡਾਕਟਰ ਕੋਲ ਆ ਤੇ ਉਹ ਜਿਹੜਾ ਡਾਕਟਰ ਹੈ ਨਾ ਉਹ ਸਿਰਫ ਅਮੀਰਾਂ ਦਾ ਇਲਾਜ ਕਰਦਾ ਉਹ ਕਿਸੇ ਗਰੀਬ ਦਾ ਇਲਾਜ ਨਹੀਂ ਕਰਦਾ ਤੇ ਮੈਂ ਸਿਰਫ ਪਰਮਾਤਮਾਗੇ ਇਹੀ ਅਰਦਾਸ ਕਰਨੀ ਆ ਵੀ ਪਰਮਾਤਮਾ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਤੇ ਦੂਜੀ ਗੱਲ ਉਹ ਗਰੀਬਾਂ ਦਾ ਇਲਾਜ ਨਹੀਂ ਕਰਦਾ ਮੈਂ ਰੋਜ਼ ਪਰਮਾਤਮਾਗੇ ਅਰਦਾਸ ਕਰਨੀ ਆ ਵੀ ਹਿਲਾ ਵਿਸਿਲਾ ਬਣਾ ਕੇ ਨਾ ਉਹ ਡਾਕਟਰ ਨੂੰ ਸਾਡੇ ਘਰ ਭੇਜ ਦੋ ਤੇ ਮੇਰੇ ਪੁੱਤ ਦਾ ਉਹ ਇਲਾਜ ਕਰ ਦੇ। ਕਹਿੰਦੀ ਜਦੋਂ ਬੀਬੀ ਨੇ ਇੰਨੀ ਗੱਲ ਕਹੀ ਨਾ ਤਾਂ ਉਹ ਜਿਹੜਾ ਡਾਕਟਰ ਸੀ ਉਹ ਬੜਾ ភੁੱਬਾ ਮਾਰ ਕੇ ਰੋਣ ਲੱਗ ਗਿਆ। ਉਹਨੇ ਅੱਖਾਂ ਸਾਫ਼ ਕਰਦੇ ਹੋਏ ਉਹ ਬੀਬੀ ਕਹਿੰਦੀ ਤੁਸੀਂ ਰੋਵੋ ਨਾ ਮੇਰੇ ਵਾਇਗਰੂ ਨੇ ਮੇਰੇ ਪਰਮਾਤਮਾ ਨੇ ਮੇਰੇ ਪੁੱਤ ਨੂੰ ਬੜੀ ਜਲਦੀ ਠੀਕ ਕਰ ਦੇਣਾ ਤੇ ਇੰਨੇ ਭਜਣਾ ਨਸਨੇ ਤੁਸੀਂ ਐਵੇਂ ਨਾ ਰੋਵੋ। ਅੱਗੋ ਕਹਿੰਦਾ ਬੀਬਾ ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਤੇਰੇ ਪੁੱਤ ਨੂੰ ਵੀ ਲਾ ਇਲਾਜ ਰੋਗ ਹੈ। ਮੈਂ ਇਸ ਕਰਕੇ ਰੋ ਰਿਆਂ ਵੀ ਉਹ ਪਰਮਾਤਮਾ ਨੇ ਕਿਹੜੇ ਹਿੱਲੇ ਵਸੀਲੇ ਮੈਨੂੰ ਤੇਰੇ ਕੋਲ ਭੇਜ ਦਿੱਤਾ। ਕਹਿੰਦਾ ਮੈਂ ਹੀ ਉਹ ਡਾਕਟਰ ਬੀਬੀ ਨੇ ਜਦੋਂ ਇਹ ਗੱਲ ਸੁਣੀ ਤੇ ਬੀਬੀ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਜੋ ਡਾਕਟਰ ਸੀ ਕਹਿੰਦਾ ਮੈਂ ਇਹ ਜਾਣਦਾ ਸੀ ਵੀ ਮਿਹਨਤ ਨਾਲ ਹਰ ਸ਼ੈ ਹਾਸਲ ਕੀਤੀ ਜਾ ਸਕਦੀ ਹੈ। ਵੀ ਆਪਾਂ ਮਿਹਨਤ ਨਾਲ ਹੀ ਜਿਹੜੇ ਅਮੀਰ ਹੋ ਸਕਦੇ ਹਾਂ। ਪਰ ਮੈਂ ਇਹ ਨਹੀਂ ਸੀ ਜਾਣਦਾ ਵੀ ਅਰਦਾਸ ਵਿੱਚ ਵਿਸ਼ਵਾਸ ਵਿੱਚ ਸ਼ਰਧਾ ਭਾਵਨਾ ਵਿੱਚ ਇੰਨੀ ਤਾਕਤ ਹੈ ਵੀ ਉਹ ਮੈਨੂੰ ਕਿਹੜੇ ਥਾਂ ਤੋਂ ਇੱਕ ਜੰਗਲ ਦੇ ਵਿੱਚ ਖਿੱਚ ਕੇ ਲੈ ਆਇਆ ਤੇ ਸਿਰਫ ਤੇਰੇ ਪੁੱਤ ਨੂੰ ਠੀਕ ਕਰਨ ਲਈ ਕਹਿੰਦੇ ਉਸ ਦਿਨ ਤੋਂ ਉਹ ਸਾਰੇ ਗਰੀਬਾਂ ਦਾ ਇਲਾਜ ਕਰਨ ਲੱਗਾ ਤੇ ਮੁਕਤ ਵਿੱਚ ਇਲਾਜ ਕਰਨ ਲੱਗਾ ਇਸ ਲਈ ਕਿਹਾ ਜਾਂਦਾ ਜੋ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਸ਼ਰਧਾ ਭਾਵਨਾ ਰੱਖ ਕੇ ਅਰਦਾਸ ਕਰਦਾ ਨਾ ਪਰਮਾਤਮਾ ਉਹਦੀ ਅਰਦਾਸ ਜ਼ਰੂਰ ਪੂਰਨ ਕਰਦਾ ਚੀਸਤਾ ਵੀ ਤੁਸੀਂ ਭਲਾ ਚਾਹੁੰਦੇ ਹੋ ਉਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ